कास्टिंग काउच ਦਾ ਸ਼ਿਕਾਰ ਹੋਇਆ ਸੀ ਬਾਲੀਵੁੱਡ ਦਾ ਇਹ ਫੇਮਸ ਐਕਟਰ ਹਾਲ ਹੀ ਦੇ ਵਿੱਚ ਕਾਫੀ ਹੈਰਾਨੀਜਨਕ ਗੱਤ ਹੈ ਖੁੱਲਾਸੇ ਬਾਲੀਵੁੱਡ 'ਚ ਆਪਣੇ ਕੈਰੀਅਰ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਕਈ ਅਜਿਹੇ ਸਿਤਾਰੇ ਹੋਏ ਹਨ ਜਿਨ੍ਹਾਂ ਨੂੰ ਕਿਸ ਨਾ ਕਿਸੇ ਰੂਪ 'ਚ ਕਾਸਟਿੰਗ ਕਾਊਚ ਤੋਂ ਗੁਜ਼ਰਨਾ ਪਿਆ ਹੈ ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਕਾਸਟਿੰਗ ਕਾਊਚ ਨੂੰ ਲੈ ਕੇ ਕਈ ਹੈਰਾਨ ਕਰਨ ਵਾਲੇ ਬਿਆਨ ਵੀ ਦਿੱਤੇ ਨੇ ਜਿਨ੍ਹਾਂ ਨੇ ਹਰ ਕਿਸੇ ਦੇ ਹੋਸ਼ ਉਡਾ ਦਿੱਤੇ ਆ ਅਜਿਹਾ ਸਿਰਫ ਔਰਤਾਂ ਨਾਲ ਹੀ ਨਹੀਂ ਸਗੋਂ ਪੁਰਸ਼ਾਂ ਦੇ ਨਾਲ ਵੀ ਹੁੰਦਾ ਕੁਝ ਸਮਾਂ ਪਹਿਲਾਂ ਬਾਲੀਵੁੱਡ ਦੇ ਇੱਕ ਮਸ਼ਹੂਰ ਐਕਟਰ ਨੇ ਇਸ ਬਾਰੇ ਖੁਲਾਸਾ ਕੀਤਾ ਸੀ ਐਕਟਰ ਨੇ ਦੱਸਿਆ ਸੀ ਕੰਮ ਦੇ ਬਦਲੇ ਕਾਸਟਿੰਗ ਡਾਇਰੈਕਟਰ ਨੇ ਉਸ ਨੂੰ ਆਪਣੇ ਪ੍ਰਾਈਵੇਟ ਪਾਰਟਸ ਦਿਖਾਉਣ ਦੀ ਮੰਗ ਕੀਤੀ ਸੀ ਅਸੀਂ ਗੱਲ ਕਰ ਰਹੇ ਹਾਂ ਬਾਲੀਵੁੱਡ ਦੇ ਬੈਸਟ ਐਕਟਰ ਆਇਸ਼ਮਾਨ ਖੁਰਾਨਾ ਦੀ ਆਇਸ਼ਮਾਨ ਨੇ ਇੱਕ ਇੰਟਰਵਿਊ ਵਿੱਚ ਆਪਣੇ ਸ਼ੁਰੂਆਤੀ ਦਿਨਾਂ ਦੀ ਗੱਲ ਕਰਦੇ ਹੋਏ ਦੱਸਿਆ ਕਿ ਕਿਵੇਂ ਉਹ ਕਾਸਟਿੰਗ ਕਾਊਚ ਦਾ ਸ਼ਿਕਾਰ ਹੋਏ ਸੀ ਉਹਨਾਂ ਨੇ ਦੱਸਿਆ ਕਿ ਕਿਵੇਂ ਕਾਸਟਿੰਗ ਕਾਊਚ ਵਾਲਿਆਂ ਨੇ ਉਹਨਾਂ ਦੇ ਨਾਲ ਗਲਤ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਬਚ ਗਏ ਸੀ ਅਸ਼ਮਨ ਨੇ ਦੱਸਿਆ ਕਿ ਇੱਕ ਕਾਸਟਿੰਗ ਡਾਇਰੈਕਟਰ ਨੇ ਮੈਨੂੰ ਕਿਹਾ ਸੀ ਕਿ ਜੇਕਰ ਮੈਂ ਉਹਨਾਂ ਨੂੰ ਆਪਣੇ ਪ੍ਰਾਈਵੇਟ ਪਾਰਟਸ ਦਿਖਾਵਾਂਗਾ ਤਾਂ ਉਹ ਮੈਨੂੰ ਫਿਲਮ ਵਿੱਚ ਲੀਡ ਰੋਲ ਦੇਣਗੇ ਪਰ ਮੈਂ ਉਸ ਨੂੰ ਆਰਾਮ ਨਾਲ ਕਿਹਾ ਕਿ ਮੈਂ ਸਟ੍ਰੇਟ ਹਾਂ ਅਤੇ ਮੈਂ ਉਸ ਦੇ ਆਫਰ ਨੂੰ ਠੁਕਰਾ ਦਿੱਤਾ ਜਿਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਜਦੋਂ ਮੈਂ ਆਡੀਸ਼ਨ ਲਈ ਜਾਂਦਾ ਸੀ ਉਦੋਂ ਸੋਲੋ ਟੈਸਟ ਲਿਆ ਜਾਂਦਾ ਸੀ ਉਦੋਂ ਉੱਥੇ ਲੋਕਾਂ ਦੀ ਗਿਣਤੀ ਵਧਣ ਲੱਗਦੀ ਸੀ ਅਤੇ ਇੱਕ ਹੀ ਕਮਰੇ ਵਿੱਚ 50 ਲੋਕ ਇਕੱਠੇ ਹੋ ਜਾਂਦੇ ਸੀ ਜਦੋਂ ਮੈਂ ਵਿਰੋਧ ਕਰਦਾ ਸੀ ਤਾਂ ਮੈਨੂੰ ਬਾਹਰ ਕੱਢ ਦਿੱਤਾ ਜਾਂਦਾ ਸੀ ਇਸੇ ਕਾਰਨ ਮੈਂ ਕਈ ਰਿਜੈਕਸ਼ਨ ਵਿੱਚ ਲਏ ਨੇ ਹਾਲਾਂਕਿ ਮੈਂ ਕਦੇ ਹਾਰ ਨਹੀਂ ਮੰਨੀ ਅਤੇ ਆਪਣੇ ਦਮ ਉਤੇ ਨਾਮ ਕਮਾਇਆ ਆਸ਼ਮਾਨ ਨੇ ਕਿਹਾ ਕਿ ਮੈਂ ਆਪਣੀ ਅਸਫਲਤਾ ਨੂੰ ਆਸਾਨੀ ਨਾਲ ਸੰਭਾਲ ਸਕਦਾ ਹਾਂ ਅਤੇ ਇਸ ਵਿੱਚ ਸੁਧਾਰ ਵੀ ਕਰ ਸਕਦਾ ਹਾਂ ਐਕਟਰ ਦਾ ਕਹਿਣਾ ਹੈ ਕਿ ਜੇਕਰ ਉਹਨੇ ਆਪਣੇ ਕੈਰੀਅਰ 'ਚ ਅਸਫਲਤਾ ਨਾ ਦੇਖੀ ਹੁੰਦੀ ਤਾਂ ਸ਼ਾਇਦ ਉਹ ਕਾਮਯਾਬੀ ਕਦੇ ਵੀ ਨਾ ਵੇਖ ਸਕਦੇ ਇਹ ਸੀ ਆਇਸ਼ਮਾਨ ਖੁਰਾਨਾ ਦਾ ਐਕਸਪੀਰੀਅੰਸ ਕਿਉਂਕਿ ਬਾਲੀਵੁੱਡ 'ਚ ਅਕਸਰ ਅਜਿਹੀਆਂ ਗੱਲਾਂ ਹਮੇਸ਼ਾ ਸਾਹਮਣੇ ਆਉਂਦੀਆਂ ਨੇ ਕਿ ਬਾਲੀਵੁੱਡ ਦੇ ਆ ਜੋ ਐਕਟ੍ਰੀਸ ਹੁੰਦੀਆਂ ਨੇ ਉਹ ਕਾਸਟਿੰਗ ਕਾਊਚ ਦਾ ਸ਼ਿਕਾਰ ਹੁੰਦੀਆਂ ਨੇ ਉਹਨਾਂ ਨੂੰ ਬਹੁਤ ਅਜਿਹੇ ਆਫਰਸ ਜੋ ਆ ਫਿਲਮ ਦੇ ਡਾਇਰੈਕਟਰ ਪ੍ਰੋਡਿਊਸਰਸ ਦੇ ਨਾਲ ਦਿੱਤੇ ਜਾਂਦੇ ਆ ਕਿ ਜੇਕਰ ਉਹਨਾਂ ਨੂੰ ਫਿਲਮਾਂ ਦੇ ਵਿੱਚ ਲੀਡ ਰੋਲ ਕਰਨਾ ਹੈ ਤਾਂ ਉਹਨਾਂ ਨੂੰ ਡਾਇਰੈਕਟਰਸ ਦੇ ਨਾਲ ਵਨ ਅੰਡਰਸਟੈਂਡ ਕਰਨਾ ਪਵੇਗਾ ਤੇ ਕਈ ਵਾਰ ਐਕਟ੍ਰੀਸਸ ਦੇ ਵੱਲੋਂ ਅਜਿਹੇ ਆਫਰ ਠੁਕਰਾ ਵੀ ਦਿੱਤੇ ਜਾਂਦੇ ਆ ਤੇ ਸੋਸ਼ਲ ਮੀਡੀਆ ਉੱਤੇ ਇਹਨਾਂ ਦਾ ਖੁਲਾਸਾ ਵੀ ਕੀਤਾ ਜਾਂਦਾ ਹੈ ਤੇ ਹੁਣ ਆਯੁਸ਼ਮਨ ਖੁਰਾਨਾ ਦੇ ਵੱਲੋਂ ਵੀ ਆਪਣਾ ਕਿੱਸਾ ਸਾਂਝਾ ਕੀਤਾ ਗਿਆ ਕਿ ਕਿਸੇ ਸਮੇਂ ਦੇ ਵਿੱਚ ਜਦੋਂ ਉਹ ਸਟਰਗਲ ਕਰ ਰਹੇ ਸੀ ਤਾਂ ਉਹਨਾਂ ਦੇ ਨਾਲ ਵੀ ਅਜਿਹੀ ਘਟਨਾ ਜੋ ਸੀ ਵਾਪਰ ਚੁਕੀ ਸੀ ਕਾਸਟਿੰਗ ਕਾਊਚ ਦਾ ਸ਼ਿਕਾਰ ਹੋਇਆ ਸੀ ਬਾਲੀਵੁੱਡ ਦਾ ਫੇਮਸ ਐਕਟਰ ਹਾਲ ਹੀ ਤੇ ਬੱਚੇ ਕਾਫੀ ਹੈਰਾਨੀਜਨਕ ਗੱਤ ਹੈ ਖੁੱਲਾਸੇ ਬਾਲੀਵੁੱਡ 'ਚ ਆਪਣੇ ਕੈਰੀਅਰ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਕਈ ਅਜਿਹੇ ਸਿਤਾਰੇ ਹੋਏ ਹਨ ਜਿਨ੍ਹਾਂ ਨੂੰ ਕਿਸ ਨਾ ਕਿਸੇ ਰੂਪ 'ਚ ਕਾਸਟਿੰਗ ਕਾਊਚ ਤੋਂ ਗੁਜ਼ਰਨਾ ਪਿਆ ਹੈ ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਕਾਸਟਿੰਗ ਕਾਊਚ ਨੂੰ ਲੈ ਕੇ ਕਈ ਹੈਰਾਨ ਕਰਨ ਵਾਲੇ ਬਿਆਨ ਵੀ ਦਿੰਦੇ ਨੇ ਜਿਨ੍ਹਾਂ ਨੇ ਹਰ ਕਿਸੇ ਦੇ ਹੋਸ਼ ਉਡਾ ਦਿੱਤੇ ਆ ਅਜਿਹਾ ਸਿਰਫ ਔਰਤਾਂ ਨਾਲ ਹੀ ਨਹੀਂ ਸਗੋਂ ਪੁਰਸ਼ਾਂ ਦੇ ਨਾਲ ਵੀ ਹੁੰਦਾ ਕੁਝ ਸਮਾਂ ਪਹਿਲਾਂ ਬਾਲੀਵੁੱਡ ਦੇ ਇੱਕ ਮਸ਼ਹੂਰ ਐਕਟਰ ਨੇ ਇਸ ਬਾਰੇ ਖੁਲਾਸਾ ਕੀਤਾ ਸੀ ਐਕਟਰ ਨੇ ਦੱਸਿਆ ਸੀ ਕੰਮ ਦੇ ਬਦਲੇ ਕਾਸਟਿੰਗ ਡਾਇਰੈਕਟਰ ਨੇ ਉਸ ਨੂੰ ਆਪਣੇ ਪ੍ਰਾਈਵੇਟ ਪਾਰਟਸ ਦਿਖਾਉਣ ਦੀ ਮੰਗ ਕੀਤੀ ਸੀ ਅਸੀਂ ਗੱਲ ਕਰ ਰਹੇ ਹਾਂ ਬਾਲੀਵੁੱਡ ਦੇ ਬੈਸਟ ਐਕਟਰ ਆਇਸ਼ਮਾਨ ਖੁਰਾਨਾ ਦੀ ਆਇਸ਼ਮਾਨ ਨੇ ਇੱਕ ਇੰਟਰਵਿਊ ਵਿੱਚ ਆਪਣੇ ਸ਼ੁਰੂਆਤੀ ਦਿਨਾਂ ਦੀ ਗੱਲ ਕਰਦੇ ਹੋਏ ਦੱਸਿਆ ਕਿ ਕਿਵੇਂ ਉਹ ਕਾਸਟਿੰਗ ਕਾਊਚ ਦਾ ਸ਼ਿਕਾਰ ਹੋਏ ਸੀ ਉਹਨਾਂ ਨੇ ਦੱਸਿਆ ਕਿ ਕਿਵੇਂ ਕਾਸਟਿੰਗ ਕਾਊਚ ਵਾਲਿਆਂ ਨੇ ਉਹਨਾਂ ਦੇ ਨਾਲ ਗਲਤ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਬਚ ਗਏ ਸੀ ਅਸ਼ਮਨ ਨੇ ਦੱਸਿਆ ਕਿ ਇੱਕ ਕਾਸਟਿੰਗ ਡਾਇਰੈਕਟਰ ਨੇ ਮੈਨੂੰ ਕਿਹਾ ਸੀ ਕਿ ਜੇਕਰ ਮੈਂ ਉਹਨਾਂ ਨੂੰ ਆਪਣੇ ਪ੍ਰਾਈਵੇਟ ਪਾਰਟਸ ਦਿਖਾਵਾਂਗਾ ਤਾਂ ਉਹ ਮੈਨੂੰ ਫਿਲਮ ਵਿੱਚ ਲੀਡ ਰੋਲ ਦੇਣਗੇ ਪਰ ਮੈਂ ਉਸ ਨੂੰ ਆਰਾਮ ਨਾਲ ਕਿਹਾ ਕਿ ਮੈਂ ਸਟ੍ਰੇਟ ਹਾਂ ਅਤੇ ਮੈਂ ਉਸ ਦੇ ਆਫਰ ਨੂੰ ਠੁਕਰਾ ਦਿੱਤਾ ਜਿਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਜਦੋਂ ਮੈਂ ਆਡੀਸ਼ਨ ਲਈ ਜਾਂਦਾ ਸੀ ਉਦੋਂ ਸੋਲੋ ਟੈਸਟ ਲਿਆ ਜਾਂਦਾ ਸੀ ਉਦੋਂ ਉੱਥੇ ਲੋਕਾਂ ਦੀ ਗਿਣਤੀ ਵਧਣ ਲੱਗਦੀ ਸੀ ਅਤੇ ਇੱਕ ਹੀ ਕਮਰੇ ਵਿੱਚ 50 ਲੋਕ ਇਕੱਠੇ ਹੋ ਜਾਂਦੇ ਸੀ ਜਦੋਂ ਮੈਂ ਵਿਰੋਧ ਕਰਦਾ ਸੀ ਤਾਂ ਮੈਨੂੰ ਬਾਹਰ ਕੱਢ ਦਿੱਤਾ ਜਾਂਦਾ ਸੀ ਇਸੇ ਕਾਰਨ ਮੈਂ ਕਈ ਰਿਜੈਕਸ਼ਨ ਵਿੱਚ ਲਏ ਨੇ ਹਾਲਾਂਕਿ ਮੈਂ ਕਦੇ ਹਾਰ ਨਹੀਂ ਮੰਨੀ ਅਤੇ ਆਪਣੇ ਦਮ ਉੱਤੇ ਨਾਮ ਕਮਾਇਆ ਆਇਸ਼ਮਾਨ ਨੇ ਕਿਹਾ ਕਿ ਮੈਂ ਆਪਣੀ ਅਸਫਲਤਾ ਨੂੰ ਆਸਾਨੀ ਨਾਲ ਸੰਭਾਲ ਸਕਦਾ ਹਾਂ ਅਤੇ ਇਸ ਵਿੱਚ ਸੁਧਾਰ ਵੀ ਕਰ ਸਕਦਾ ਹਾਂ ਐਕਟਰ ਦਾ ਕਹਿਣਾ ਹੈ ਕਿ ਜੇਕਰ ਉਹਨੇ ਆਪਣੇ ਕੈਰੀਅਰ 'ਚ ਅਸਫਲਤਾ ਨਾ ਦੇਖੀ ਹੁੰਦੀ ਤਾਂ ਸ਼ਾਇਦ ਉਹ ਕਾਮਯਾਬੀ ਕਦੇ ਵੀ ਨਾ ਵੇਖ ਸਕਦੇ ਇਹ ਸੀ ਆਇਸ਼ਮਾਨ ਖੁਰਾਨਾ ਦਾ ਐਕਸਪੀਰੀਅੰਸ ਕਿਉਂਕਿ ਬਾਲੀਵੁੱਡ 'ਚ ਅਕਸਰ ਅਜਿਹੀਆਂ ਗੱਲਾਂ ਹਮੇਸ਼ਾ ਸਾਹਮਣੇ ਆਉਂਦੀਆਂ ਨੇ ਕਿ ਬਾਲੀਵੁੱਡ ਦੇ ਆ ਜੋ ਐਕਟ੍ਰੀਸ ਹੁੰਦੀਆਂ ਨੇ ਉਹ ਕਾਸਟਿੰਗ ਕਾਊਚ ਦਾ ਸ਼ਿਕਾਰ ਹੁੰਦੀਆਂ ਨੇ ਉਹਨਾਂ ਨੂੰ ਬਹੁਤ ਅਜਿਹੇ ਆਫਰਸ ਜੋ ਆ ਫਿਲਮ ਦੇ ਡਾਇਰੈਕਟਰ ਪ੍ਰੋਡਿਊਸਰਸ ਦੇ ਨਾਲ ਦਿੱਤੇ ਜਾਂਦੇ ਆ ਕਿ ਜੇਕਰ ਉਹਨਾਂ ਨੂੰ ਫਿਲਮਾਂ ਦੇ ਵਿੱਚ ਲੀਡ ਰੋਲ ਕਰਨਾ ਹੈ ਤਾਂ ਉਹਨਾਂ ਨੂੰ ਡਾਇਰੈਕਟਰਸ ਦੇ ਨਾਲ ਵਨ ਅੰਡਰਸਟੈਂਡ ਕਰਨਾ ਪਵੇਗਾ ਤੇ ਕਈ ਵਾਰ ਐਕਟ੍ਰੀਸਸ ਦੇ ਵੱਲੋਂ ਅਜਿਹੇ ਆਫਰ ਠੁਕਰਾ ਵੀ ਦਿੱਤੇ ਜਾਂਦੇ ਆ ਤੇ ਸੋਸ਼ਲ ਮੀਡੀਆ ਉੱਤੇ ਇਹਨਾਂ ਦਾ ਖੁਲਾਸਾ ਵੀ ਕੀਤਾ ਜਾਂਦਾ ਹੈ ਤੇ ਹੁਣ ਆਯੁਸ਼ਮਨ ਖੁਰਾਨਾ ਦੇ ਵੱਲੋਂ ਵੀ ਆਪਣਾ ਕਿੱਸਾ ਸਾਂਝਾ ਕੀਤਾ ਗਿਆ ਕਿ ਕਿਸੇ ਸਮੇਂ ਦੇ ਵਿੱਚ ਜਦੋਂ ਉਹ ਸਟਰਗਲ ਕਰ ਰਹੇ ਸੀ ਇਹ ਤਾਂ ਉਹਨਾਂ ਦੇ ਨਾਲ ਵੀ ਅਜਿਹੀ ਘਟਨਾ ਚੋ ਸੀ ਵਾਪਰ ਚੁਕੀ ਸੀ